ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਪੰਜਾਬ 'ਚ ਮੁੜ ਸ਼ੁਰੂ ਹੋਇਆ ਪੰਥਕ ਸੰਕਟ। ਸ਼੍ਰੋਮਣੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਦੇ ਪੰਜ ਪਿਆਰਾਂ 'ਚੋਂ ਚਾਰ ਨੂੰ ਕੀਤਾ ਬਰਖਾਸਤ, ਜਦਕਿ ਪੰਜਵੇਂ ਭਾਈ ਮੇਜਰ ਸਿੰਘ ਦੀ ਕੱਲ੍ਹ ਹੋਈ ਸੀ ਰਿਟਾਇਰਮੈਂਟ। ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੰਜ ਪਿਆਰਿਆਂ ਉੱਪਰ ਆਪਣੇ ਅਹੁਦੇ ਦੀ ਉਲੰਘਣਾ ਕਰਨ ਅਤੇ ਸੰਸਥਾ ਨੂੰ ਢਾਹ ਲਾਉਣ ਦੇ ਲਾਏ ਦੋਸ਼। ਫਰੀਦਕੋਟ ਦੇ ਪਿੰਡ ਬਰਗਾੜੀ 'ਚ ਪੁਲਿਸ ਫਾਇਰਿੰਗ ਦੌਰਾਨ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਸੰਬੰਧੀ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ। ਕੀਤੇ ਵਾਅਦੇ ਮੁਤਾਬਕ ਸੂਬਾ ਸਰਕਾਰ ਨੇ ਦੋਵਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੱਖਿਆ ਵਿਭਾਗ 'ਚ ਦਿੱਤੀ ਸਰਕਾਰੀ ਨੌਕਰੀ। ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ ਨੇ ਸ਼ਹੀਦ ਗੁਰਜੰਟ ਸਿੰਘ ਦੇ ਭਰਾ ਅਤੇ ਸ਼ਹੀਦ ਕ੍ਰਿਸ਼ਨ ਭਗਵਾਨ ਦੇ ਬੇਟੇ ਨੂੰ ਜਾਰੀ ਕੀਤੇ ਨਿਯੁਕਤੀ ਪੱਤਰ। ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਤੋਂ ਕੀਤੀ ਸ਼ੁਰੂਆਤ। 1000 ਯਾਤਰੀਆਂ ਦੀ ਰੇਲ ਗੱਡੀ ਨੂੰ ਗੁਰੂ ਨਗਰੀ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ। ਮੁੱਖ ਮੰਤਰੀ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਮੁਤਾਬਕ ਤੀਰਥ ਯਾਤਰਾ ਯੋਜਨਾ ਨਹੀਂ ਹੈ ਸਿਆਸਤ ਦਾ ਕੋਈ ਵੀ ਹਿੱਸਾ। ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲੀ ਆ ਰਹੀ ਪੰਜਾਬ ਪੁਲਿਸ ਦੀ ਪਗੜੀ ਤੇ ਲੱਗੀ ਝਾਲਰ ਨੂੰ ਹਟਾਉਣ ਦੀ DGP ਪੰਜਾਬ ਨੇ ਦਿੱਤੀ ਮਨਜ਼ੂਰੀ। ਹੁਣ ਸਿਰਫ ਕਿਸੇ ਵੱਡੇ ਪ੍ਰੋਗਰਾਮ ਜਾਂ ਸਲਾਮੀ ਡਿਊਟੀ ਸਮੇਂ ਹੀ ਝਾਲਰ ਵਾਲੀ ਪੱਗ ਦਾ ਇਸਤੇਮਾਲ ਕਰਨਗੇ ਪੰਜਾਬ ਪੁਲਿਸ ਦੇ ਮੁਲਾਜ਼ਮ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੀਤਾ ਗਿਆ ਹੈ ਪੰਜਾਬ ਪੁਲਿਸ ਦੀ ਵਰਦੀ 'ਚ ਕੋਈ ਫੇਰ ਬਦਲ। ਅਤੇ ਨਵੇਂ ਸਾਲ ਦੇ ਮੌਕੇ ਸੰਗਤਾਂ ਵੱਡੀ ਗਿਣਤੀ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹੋਈਆਂ ਨਤਮਸਤਕ। ਦੇਸ਼ਾਂ ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਵੱਲੋਂ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਕੀਤੀ ਗਈ ਨਵੇਂ ਸਾਲ ਦੀ ਸ਼ੁਰੂਆਤ। ਮੁੱਖ ਮੰਤਰੀ ਬਾਦਲ ਤੇ ਸੁਖਬੀਰ ਬਾਦਲ ਨੇ ਨਵੇਂ ਸਾਲ ਮੌਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਕਿਹਾ ਇਹ ਸਾਲ ਸੂਬੇ ਲਈ ਹੋਵੇਗਾ ਵਿਕਾਸ ਦਾ ਵਰ੍ਹਾ।